ਝੋਨੇ ਦੀ ਤੁਹਾਨੂੰ ਬਿਲਕੁਲ ਨਵੀਂ ਕਿਸਮ ਦਿਖਾਉਣ ਜਾ ਰਹੇ ਹਾਂ। ਜਿਵੇਂ ਕੁਝ ਸਾਲ ਪਹਿਲਾਂ ਸ਼ੁਰੂਆਤ ਹੋਈ ਸੀ ਸਿੱਧੀ ਬਿਜਾਈ ਦੀ 2020 ਦੇ ਵਿੱਚ, ਜਦੋਂ ਕਰੋਨਾ ਵਾਇਰਸ ਆਇਆ ਤਾਂ ਲੇਬਰ ਨਹੀਂ ਮਿਲ ਸਕੀ ਆਪਾਂ ਨੂੰ, ਉਹਦੇ ਕਰਕੇ ਬਹੁਤ ਸਾਰੇ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਕਿਉਂਕਿ ਲੇਬਰ ਉਸ ਸਾਲ ਬਹੁਤ ਘੱਟ ਆਈ, ਨਾ ਮਾਤਰ ਹੀ ਆਈ, ਪਰ ਉਹ ਸਿੱਧੀ ਬਿਜਾਈ ਪਾਸ ਨਹੀਂ ਹੋਈ। ਉਹਦੇ ਵਿੱਚ ਕੁਝ ਸਮੱਸਿਆਵਾਂ ਸੀ। ਪਹਿਲੀ ਸਮੱਸਿਆ ਤਾਂ ਇਹ ਸੀ ਵੀ ਬੀਜ ਸੀ ਜਿਹੜਾ ਉਹ 100% ਪੁੰਗਰਿਆ ਨਹੀਂ, ਉੱਗਿਆ ਨਹੀਂ ਧਰਤੀ ਦੇ ਵਿੱਚ, ਜਰਮੀਨੇਸ਼ਨ ਹੋਈ ਨਹੀਂ ਪ੍ਰੋਪਰ। ਅਤੇ ਦੂਜੀ ਸਮੱਸਿਆ ਆਈ ਨਦੀਨਾਂ ਦੀ, ਫਿਰ ਜਦੋਂ ਇੱਕ ਤਾਂ ਪੂਰਾ ਬੀਜ ਨਹੀਂ ਨਿਕਲਿਆ, ਉਸ ਤੋਂ ਬਾਅਦ ਨਦੀਨ ਹੋ ਗਏ, ਅਤੇ ਉਹ ਨਦੀਨ ਬਹੁਤ ਦਵਾਈਆਂ ਕੀਤੀਆਂ ਪਰ ਉਹ ਨਦੀਨ ਨਹੀਂ ਕੰਟਰੋਲ ਹੋਏ, ਜਿਹਦੇ ਕਰਕੇ ਉਹਦਾ ਪ੍ਰੋਪਰ ਝਾੜ ਨਹੀਂ ਆਇਆ ਝੋਨੇ ਦਾ, ਅਤੇ ਉਹ ਤਕਨੀਕ ਕਿਤੇ ਨਾ ਕਿਤੇ ਫੇਲ ਹੋ ਗਈ ਅਤੇ ਕਿਸਾਨਾਂ ਨੇ ਮਸ਼ੀਨਾਂ ਵੇਚ ਵੂਚ ਦਿੱਤੀਆਂ। ਇਸ ਤੋਂ ਬਾਅਦ ਸਵਾਨਾ ਕੰਪਨੀ ਜਿਹੜੀ ਅਮੈਰੀਕਾ ਦੇ ਵਿੱਚ ਪਹਿਲੇ ਹੀ DSR ਤਕਨੀਕ 'ਤੇ ਕੰਮ ਕਰ ਰਹੀ ਆ, ਉਹ ਇੰਡੀਆ ਦੇ ਵਿੱਚ ਉਹਨੇ ਨਵੀਂ ਸ਼ੁਰੂਆਤ ਕੀਤੀ, ਆਪਣਾ ਬੀਜ ਲੈ ਕੇ ਆਈ ਫੁੱਲ ਪੇਜ 134 ਦੇ ਨਾਮ ਤੋਂ। ਇਹ ਕੰਪਨੀ ਨੇ ਐਨਾਲਾਈਜ਼ ਕੀਤੀਆਂ ਕਿਸਾਨਾਂ ਦੀਆਂ ਸਮੱਸਿਆਵਾਂ, ਜਿਵੇਂ ਪਹਿਲੀ ਚੀਜ਼ ਸੀ ਵੀ ਬੀਜ ਉੱਗਰਦਾ ਨਹੀਂ 100%, ਇਹਦੇ ਵਿੱਚ ਸਕੁਐਰ ਟ੍ਰੀਟਮੈਂਟ ਕੀਤਾ ਜਿਹਦੇ ਕਰਕੇ 100% ਬੀਜ ਇਹਦਾ ਜਰਮੀਨੇਟ ਹੁੰਦਾ, ਜਿਵੇਂ ਕਹਿ ਲਈਏ ਵੀ ਸਿਰਫ 7 ਕਿਲੋ ਬੀਜ ਪਾ ਕੇ ਪੂਰਾ ਖੇਤ ਕਵਰ ਕਰ ਜਾਂਦੀ ਹੈ ਵਰਾਇਟੀ ਦੀ, ਇੰਨੀ ਕੁ ਖਾਸੀਅਤ ਹੈ। ਨਹੀਂ ਬਾਕੀ ਆਪਾਂ ਸਿੱਧੀ ਬਿਜਾਈ 'ਚ ਬੀਜ ਪਾਉਂਦੇ ਹਾਂ 8, 10, 12 ਕਿਲੋ ਤੱਕ ਵੀ ਚਲਾ ਜਾਂਦਾ, ਪਰ ਇਹ 7 ਕਿਲੋ ਪਾ ਕੇ ਵੀ ਪੂਰਾ ਖੇਤ ਭਰ ਜੂਗਾ ਆਪਣਾ। ਅਤੇ ਦੂਜੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀ ਨਦੀਨਾਂ ਦੀ, ਨਦੀਨ ਕਿਸੇ ਕੋਈ ਹੱਲ ਨਹੀਂ ਹੋਇਆ ਨਦੀਨਾਂ ਦਾ, 100 ਸੈਂਕੜੇ ਦਵਾਈਆਂ ਕਰ ਦੇਖ ਲਈਆਂ। ਫਿਰ ਉਹ ਸਵਾਨਾ ਕੰਪਨੀ ਇਹ ਉਹੀ ਕੰਪਨੀ ਆ ਜਿਨ੍ਹਾਂ ਦਾ 7501 ਬੀਜ ਬਹੁਤ ਜ਼ਿਆਦਾ ਹਿੱਟ ਹੋਇਆ ਸੀ, ਤੁਸੀਂ ਬਹੁਤ ਮਾਰਕੀਟ ਦੇ ਵਿੱਚ ਮੰਗ ਕੀਤੀ ਸੀ ਇਸ ਬੀਜ ਦੀ। ਅਤੇ ਜਦੋਂ ਹੀ ਇਹ ਕੰਪਨੀ ਫੁੱਲ ਪੇਜ 134 ਵਰਾਇਟੀ ਲੈ ਕੇ ਆਈ, ਨਾਲ ਹੀ ਇੱਕ ਹਰਬੀ ਸਾਈਡ ਆਇਆ ਵਜ਼ੀਰ ਦੇ ਨਾਮ ਤੋਂ। ਵਜ਼ੀਰ ਦਾ ਕੀ ਕੰਮ ਸੀ? ਇੱਕ ਤਾਂ ਚੌੜੇ ਪੱਤੇ ਵਾਲੇ ਨਦੀਨ, ਪਤਲੇ ਪੱਤੇ ਵਾਲੇ ਨਦੀਨ, ਵੀ ਕਿਸੇ ਵੀ ਤਰ੍ਹਾਂ ਦੇ ਨਦੀਨ ਜੋ ਵੀ ਹੁੰਦੇ ਨੇ, ਜਿੰਨੇ ਵੀ ਤਰ੍ਹਾਂ ਦੇ ਨੇ, ਸਾਰੇ ਉਹਨੇ ਖਤਮ ਕਰਦੇ ਨੇ ਉਹਦੇ ਨਾਲ ਨਾਲ। ਪਿਛਲੇ ਸਾਲ ਦਾ ਉੱਗਰਿਆ ਹੋਇਆ ਝੋਨਾ, ਚਾਹੇ ਉਹ ਬਾਸਮਤੀ ਪਰਮਲ ਕੋਈ ਵੀ ਕਿਸਮ ਹੈ, ਉਹ ਵੀ ਨਹੀਂ ਰਹਿਣੀ। ਕਹਿਣ ਦਾ ਭਾਵ ਵੀ ਜਦੋਂ ਉਹ ਸਪਰੇਅ ਕਰਤੀ, ਬਾਕੀ ਹਰੇਕ ਤਰ੍ਹਾਂ ਦੀ ਹਰੇਵਾਈ ਖਤਮ ਕਰ ਦੇਣੀ ਆ, ਸਿਰਫ ਫੁੱਲ ਪੇਜ ਦੀ ਵਰਾਇਟੀ ਰਹਿ ਜਾਣੀ ਆ ਜਿਹੜੀ ਆਪਾਂ ਖੇਤ ਦੇ ਵਿੱਚ ਲਾਈ ਆ। ਫੁੱਲ ਪੇਜ ਦੇ ਵਿੱਚ ਸਾਵਾ ਦੀਆਂ 2 ਵਰਾਇਟੀਆਂ ਆਈਆਂ ਨੇ, ਸਾਵਾ 134 ਅਤੇ 127। ਸਵਾਨਾ ਕੰਪਨੀ ਦਾ ਨਾਮ ਹੈ ਅਤੇ ਅੱਜ ਫਰੌਰ ਪਿੰਡ ਦੇ ਵਿੱਚ ਖੜ੍ਹੇ ਹਾਂ, ਖਮਾਣੋ ਦੇ ਬਿਲਕੁਲ ਲਾਗੇ ਇੱਥੇ ਝੋਨਾ ਲੱਗਿਆ ਹੋਇਆ। ਫਾਰਮਰ ਨਾਲ ਵੀ ਤੁਹਾਡੀ ਕਰਾਉਂਦੇ ਹਾਂ ਗੱਲਬਾਤ। ਅਤੇ ਸਕੁਐਰ ਟ੍ਰੀਟਮੈਂਟ ਦੇ ਵੀ ਵੱਡੇ ਫਾਇਦੇ ਨੇ ਦੋ, ਇੱਕ ਤਾਂ 100% ਤੁਹਾਨੂੰ ਦੱਸਿਆ ਜਰਮੀਨੇਸ਼ਨ ਹੁੰਦੀ ਆ, ਅਤੇ ਦੂਜਾ ਬੀਜ ਹੋ ਜਾਂਦਾ ਗੋਲ, ਅਤੇ ਜਿਹਦੇ ਕਰਕੇ ਵੀ ਆਪਣਾ ਪ੍ਰੋਪਰ ਜੇ ਜਿੰਨੇ ਵੀ ਇੰਚ 'ਤੇ ਆਪਣੀ ਮਸ਼ੀਨ ਮੰਨੀ ਹੋਈ ਆ ਉਹਨੇ ਇੰਚ 'ਤੇ ਉਹਨੇ ਬੂਟਾ ਲਾਈ ਜਾਣਾ। ਨਹੀਂ ਆਪਾਂ ਦੂਜੀ ਸਿੱਧੀ ਬਿਜਾਈ ਦੇ ਵਿੱਚ ਇਹ ਵੀ ਸਮੱਸਿਆ ਹੁੰਦੀ ਆ ਵੀ ਵਿੱਚੋਂ ਖਾਲੀ ਥਾਵਾਂ ਰਹਿ ਜਾਂਦੀਆਂ ਨੇ, ਫਿਰ ਆਪਾਂ ਉਹ ਲੇਬਰ ਲਾ ਕੇ ਜਾਂ ਆਪ ਖਾਲੀ ਥਾਵਾਂ ਭਰਨੀਆਂ ਪੈਂਦੀਆਂ ਨੇ, ਉਹ ਚੀਜ਼ ਦੀ ਇਹਦੇ ਵਿੱਚ 1% ਵੀ ਦਿੱਕਤ ਨਹੀਂ ਆਊ। ਅਤੇ ਸਵਾਨਾ ਦੀਆਂ ਵੀਰੋ ਜਿੰਨੀਆਂ ਵੀ ਵਰਾਇਟੀਆਂ ਆਉਂਦੀਆਂ ਨੇ ਇਹਨਾਂ ਦੇ ਵਿੱਚ ਇੱਕ ਤਕਨੀਕ ਆ ਸਮਾਰਟ ਰਾਈਸ। ਸਮਾਰਟ ਰਾਈਸ ਕੀ ਹੈ? ਵੀ ਕੋਈ ਵੀ ਬੂਟਾ ਹੁੰਦਾ ਇਹਦਾ, ਤੁਸੀਂ ਦੇਖ ਲਓ ਸਿੱਧਾ ਖੜ੍ਹਾ ਹੋਊਗਾ ਬਿਲਕੁਲ ਵਰਟੀਕਲ। ਉਹਦੇ ਨਾਲ ਕੀ ਹੈ, ਇੱਕ ਤਾਂ ਪੌਦਿਆਂ ਦੇ ਵਿਚਕਾਰ ਦੀ ਹਵਾ ਕ੍ਰੋਸ ਹੁੰਦੀ ਰਹਿੰਦੀ ਹੈ, ਜਿੰਨਾ ਕਰਕੇ ਬਿਮਾਰੀ ਬਹੁਤ ਘੱਟ ਪੈਂਦੀ ਆ। ਅਤੇ ਦੂਸਰੀ ਵੱਡੀ ਚੀਜ਼ ਇਹ ਆ ਵੀ ਜਿੰਨੇ ਸਿੱਧੇ ਹੋਣਗੇ ਬੂਟੇ ਦੂਸਰਿਆਂ ਵਾਂਗੂ ਐਂ ਫੈਲਣਗੇ ਨਹੀਂ, ਆਪਸ 'ਚ ਫਸਣਗੇ ਨਹੀਂ, ਫੰਗਸ ਵਗੈਰਾ ਨਹੀਂ ਆਉਂਦੀ। ਅਤੇ ਇੱਕ ਵੱਡਾ ਫਾਇਦਾ ਹੋਰ ਹੈ ਵੀ ਜਦੋਂ ਬੂਟਾ ਸਿੱਧਾ ਖੜ੍ਹਾ ਹੋਵੇ ਤਾਂ 1 ਕਿੱਲੇ ਦੇ ਵਿੱਚ ਬੂਟਿਆਂ ਦੀ ਸੰਖਿਆ ਆਪਾਂ ਵਧਾ ਸਕਦੇ ਹਾਂ, ਪੌਦਿਆਂ ਦੀ ਸੰਖਿਆ, ਜਿਹਦੇ ਕਰਕੇ ਆਪਣਾ ਝਾੜ ਵੀ ਵਧੀਆ ਆਊਗਾ। ਅਤੇ DSR ਦੇ ਵੱਡੇ ਫਾਇਦੇ ਜਿਵੇਂ ਇੱਕ ਤਾਂ ਪਾਣੀ ਦੀ ਬੱਚਤ ਹੈ, ਬਹੁਤ ਵੱਡੀ ਬੱਚਤ ਹੈ ਪਾਣੀ ਦੀ, ਅਤੇ ਪਾਣੀ ਜੀਰਦੀ ਆ ਧਰਤੀ। ਦੂਸਰੀ ਗੱਲ, ਮਜ਼ਦੂਰਾਂ ਤੋਂ ਆਪਣਾ ਖਹਿੜਾ ਛੁੱਟਦਾ, ਜਿਵੇਂ ਜੇ ਆਪਾਂ 20-25 ਕਿੱਲੇ ਲਾਉਣੇ ਆ ਤਾਂ ਪਨੀਰੀ 25 ਦਿਨਾਂ ਦੀ ਪਨੀਰੀ ਲਾਉਣੀ ਹੁੰਦੀ ਆ, ਉਹ ਲਾਉਂਦੇ ਕਰਦੇ ਪਨੀਰੀ ਪੱਕ ਜਾਂਦੀ ਆ ਆਪਣੀ, ਜਿਹਦੇ ਕਰਕੇ ਬਾਅਦ 'ਚ ਸਮੱਸਿਆਵਾਂ ਆਉਂਦੀਆਂ ਨੇ, ਝਾੜ ਘੱਟਦਾ।
ਅਤੇ ਟਰੈਕਟਰ ਵੀ ਆਪਾਂ ਨੂੰ ਕੱਦੂ ਦੇ ਵਿੱਚ ਲਵੇੜਨਾ ਪੈਂਦਾ, ਰੂਟਾਵੀਟਰ ਵੀ, ਜਿਹਦੇ ਕਰਕੇ ਉਹਦੀ ਮੇਨਟੇਨੈਂਸ ਵੱਧ ਜਾਂਦੀ ਆ, ਬੈਰਿੰਗ ਸੀਲਾਂ ਖਰਾਬ ਹੁੰਦੀਆਂ ਰਹਿੰਦੀਆਂ ਨੇ, ਡੀਜ਼ਲ ਦੀ ਵੀ ਜ਼ਿਆਦਾ ਖਪਤ ਹੈ। ਅਤੇ ਸਿੱਧੀ ਬਿਜਾਈ ਦੇ ਵਿੱਚ ਕੀ ਆ, ਡੀਜ਼ਲ ਦੀ ਬਹੁਤ ਜ਼ਿਆਦਾ ਬੱਚਤ ਹੈ, ਸਿਰਫ 2 ਬੰਦੇ ਆਪਣੇ ਘਰ ਦੇ ਆ, ਸ਼ਾਮ ਤੱਕ 10-15 ਕਿੱਲੇ ਬੀਜ ਕੇ ਇਸ ਤੋਂ ਬਾਅਦ ਆਰਾਮ ਦੇ ਨਾਲ ਵਿਹਲੇ, ਇਸ ਤੋਂ ਬਾਅਦ ਕੀ ਕਰਨਾ, ਸਿਰਫ ਪਾਣੀ ਲਾਉਣਾ ਅਤੇ ਸਪਰੇਹਾਂ ਕਰਨੀਆਂ ਨੇ, ਬਹੁਤ ਈਜ਼ੀ ਹੋ ਜਾਂਦਾ ਆਪਣਾ ਪ੍ਰੋਸੈਸ ਝੋਨੇ ਦੀ ਲਵਾਈ। ਕੱਦੂ ਦੇ ਨੁਕਸਾਨ ਬਹੁਤ ਜ਼ਿਆਦਾ ਨੇ, ਜਿਵੇਂ ਲੇਬਰ ਆਪਾਂ ਨੂੰ ਛੇਤੀ ਮਿਲਦੀ ਨਹੀਂ, ਉਹਦਾ ਆਪਣੇ ਮਾਈਂਡ 'ਤੇ ਪ੍ਰੈਸ਼ਰ ਰਹਿੰਦਾ, ਬਹੁਤ ਜ਼ਿਆਦਾ ਪ੍ਰੈਸ਼ਰ ਰਹਿੰਦਾ ਵੀ ਲੇਬਰ ਕਦੋਂ ਮਿਲੂਗੀ, 4-5 ਹਜ਼ਾਰ ਖਰਚਾ, ਉਸ ਖਰਚੇ ਤੋਂ ਵੱਖਰਾ ਕੀ ਆ, ਆਪਣੀ ਪਨੀਰੀ ਪੱਕ ਰਹੀ ਹੁੰਦੀ ਆ, ਟਾਈਮ ਪੀਰੀਅਡ ਝੋਨੇ ਦਾ ਲੰਘੀ ਜਾਂਦਾ ਹੁੰਦਾ, ਉਹ ਆਪਣੇ ਹੱਥ ਦੇ ਵਿੱਚ ਨਹੀਂ ਹੈਗੀ ਲੇਬਰ, ਕਿਉਂਕਿ ਆਪਾਂ ਉਹਨਾਂ ਤੋਂ ਲਵਾਉਣੀ ਹੁੰਦੀ ਆ, ਤਾਂ ਕਰਕੇ ਆਪਣੇ ਮਾਈਂਡ 'ਤੇ ਪ੍ਰੈਸ਼ਰ ਬਹੁਤ ਰਹਿੰਦਾ ਅਤੇ ਖਰਚੇ ਉਹਨਾਂ ਦੇ ਵੱਖਰੇ, ਕਈ ਵਾਰੀ ਤਾਂ ਆਪਾਂ ਨੂੰ ਦੂਰੋਂ ਲਿਆਉਣੇ ਪੈਂਦੇ ਨੇ, ਫਿਰ ਟਰਾਂਸਪੋਰਟ ਵੀ ਪੈ ਜਾਂਦੀ ਆ, ਜਾਂ ਆਪਾਂ ਨੂੰ ਆਪਣੇ ਰੱਖਣੇ ਪੈਂਦੇ ਨੇ, ਉਹਨਾਂ ਦਾ ਰੱਖ ਰਖਾਵ, ਰਾਸ਼ਨ ਪਾਣੀ ਦਾ ਖਰਚਾ, ਉਹ ਚੀਜ਼ਾਂ ਵੱਖਰੀਆਂ ਪੈ ਜਾਂਦੀਆਂ ਨੇ, ਇਹ ਵੀ ਕੋਸਟਾਂ ਵੱਖਰੀਆਂ ਨੇ ਜਿਹੜੀਆਂ ਆਪਣੀ ਨਜ਼ਰ ਦੇ ਵਿੱਚ ਨਹੀਂ ਆਉਂਦੀਆਂ, ਅਤੇ ਬਾਕੀ ਉਹਨਾਂ ਚਿਰ ਟੈਨਸ਼ਨ ਹੀ ਰਹਿੰਦੀ ਆ ਜਿੰਨਾ ਚਿਰ ਝੋਨਾ ਲੱਗਦਾ। ਇਸ ਤੋਂ ਇਲਾਵਾ ਜਿਹੜਾ ਆਪਾਂ ਕੱਦੂ ਕਰਕੇ ਝੋਨਾ ਲਾਉਂਦੇ ਹਾਂ, ਆਪਾਂ ਕਿਤੇ ਨਾ ਕਿਤੇ ਵਾਤਾਵਰਨ ਦਾ ਵੀ ਨੁਕਸਾਨ ਕਰਦੇ ਹਾਂ, ਕਿਉਂਕਿ ਆਪਾਂ ਹੇਠਾਂ ਤਾਂ ਕਰ ਦਿੰਦੇ ਹਾਂ ਪਲਸਤਰ, ਬਿਲਕੁਲ ਪਾਣੀ ਖੜ੍ਹਾ ਰਹਿੰਦਾ, ਇੱਕ ਪਲਸਤਰ ਦੇ ਉੱਤੇ ਪਾਣੀ ਖੜ੍ਹ ਗਿਆ, ਜਿਹਦੇ ਕਰਕੇ ਕਾਰਬਨ ਗੈਸਾਂ ਬਣਦੀਆਂ ਨੇ ਜਿਹੜੀਆਂ, ਉਹ ਉੱਪਰ ਨੂੰ ਜਾਂਦੀਆਂ ਨੇ ਅਤੇ ਆਪਣੀ ਓਜ਼ੋਨ ਪਰਤ ਦਾ ਨੁਕਸਾਨ ਕਰਦੀਆਂ ਨੇ, ਜਿਹਦੇ ਕਰਕੇ ਡੇ ਬਾਏ ਡੇ ਗਰਮੀ ਵੱਧ ਰਹੀ, ਆਪਣਾ ਟੈਂਪਰੇਚਰ ਗਲੋਬਲ ਵਾਰਮਿੰਗ ਹਾਈ ਹੋਈ ਜਾਂਦੀ। ਅਤੇ ਫੁੱਲ ਪੇਜ ਦੇ ਨਾਲ ਨਾਲ ਵੀਰੋ ਕੰਪਨੀ ਨੇ ਇੱਕ ਐਪ ਵੀ ਲਾਂਚ ਕੀਤੀ ਆ, ਰਾਈਸ ਰੀਚ ਐਪ, ਉਹ ਆਪਣੀ ਕਿਵੇਂ ਮਦਦ ਕਰੂਗੀ ਵੀ ਜਿਸ ਦਿਨ ਆਪਾਂ ਸੋਇੰਗ ਕਰਤੀ, ਬਿਜਾਈ ਕਰਤੀ, ਆਪਾਂ ਉਹਦੇ ਵਿੱਚ ਡੇਟ ਪਾ ਦੇਣੀ ਆ ਅਤੇ ਫਿਰ ਆਪਣੇ ਆਪ ਨੋਟੀਫਿਕੇਸ਼ਨਾਂ ਆਉਣੀਆਂ ਨੇ ਵੀ ਕਿਸ ਦਿਨ ਸਪਰੇਅ ਕਰਨੀ ਆ, ਪਾਣੀ ਲਾਉਣਾ, ਕਿਸ ਦਿਨ ਕਿਹੜੀ ਖਾਦ ਪਾਉਣੀ ਆ, ਸਾਰਾ ਕੁਝ A to Z ਆਪਾਂ ਨੂੰ ਉਹ ਸੋਫਟਵੇਅਰ ਦੱਸੂਗਾ। ਇਹਦੇ ਨਾਲ ਨਾਲ ਉਹਦੇ ਵਿੱਚ ਉਹ ਮੌਸਮ ਵੀ ਦੱਸੂਗਾ, ਮੌਸਮ ਦੇ ਹਿਸਾਬ ਨਾਲ ਵੀ ਅਗਲੇ 2 ਦਿਨ ਬਾਰਿਸ਼ ਹੋਣੀ ਆ ਤਾਂ ਪਾਣੀ ਨਾ ਲਾਓ, ਰੁਕ ਜਾਓ, ਜਾਂ ਸੋਕਾ ਪੈਣਾ, ਪਾਣੀ ਲਾਈ ਚੱਲ ਲਗਾਤਾਰ, ਉਸ ਤਰ੍ਹਾਂ ਦੀਆਂ ਸਾਰੀਆਂ ਬਰੀਕੀਆਂ ਆਪਾਂ ਨੂੰ ਉਹ ਸੋਫਟਵੇਅਰ ਦੱਸੂਗਾ। ਅਤੇ ਹੋਰ ਏਰੀਏ ਦੇ ਵਿੱਚ ਫੋਟੋ ਵੀਡੀਓ ਆਪਣੇ ਕੋਲ ਆਉਂਦੀ ਰਹੂ, ਕਿਸ ਤਰ੍ਹਾਂ ਹੋ ਰਹੀ ਆ ਖੇਤੀ ਅਤੇ ਆਪਣੀ ਅੱਗੇ ਜਾਂਦੀ ਰਹੂ, ਉਹ ਸੋਫਟਵੇਅਰ ਵੀ ਆਪਾਂ ਨੂੰ ਬਹੁਤ ਹੱਦ ਤੱਕ ਲਾਭ ਪਹੁੰਚਾਊਗਾ। ਅਤੇ ਐਪ ਦੀ ਜ਼ਰੂਰਤ ਕਿਉਂ ਪਈ ਲਿਆਉਣ ਦੀ, ਕਿਉਂਕਿ ਕੰਪਨੀ ਦਾ ਮਕਸਦ ਸਿਰਫ ਬੀਜ ਵੇਚਣ ਤੱਕ ਨਹੀਂ, ਕੰਪਨੀ ਦਾ ਇਹ ਮਕਸਦ ਹੈ ਵੀ ਤੁਹਾਡੀ ਪੈਦਾਵਾਰ ਚੰਗੀ ਆਵੇ, ਉਹ ਐਪ ਦੇ ਵਿੱਚ A to Z ਆਪਾਂ ਨੂੰ ਸਾਰੀ ਜਾਣਕਾਰੀ ਮਿਲੂਗੀ ਅਤੇ ਬਾਕੀ ਆਪਾਂ ਨੂੰ ਇਹ ਵੀ ਪਤਾ ਲੱਗੂ ਵੀ ਆਪਣੇ ਜਿਵੇਂ ਆਪਾਂ ਐਪ ਡਾਊਨਲੋਡ ਕਰ ਲਈ, ਫਿਲਹਾਲ ਮੰਨ ਲਓ ਤੁਸੀਂ ਹੁਣੇ ਕਰ ਲਈ, ਵੀ ਇਹ ਸੀਡ ਲੈਣਾ ਆਪਾਂ ਕਿੱਥੋਂ ਲੈਣਾ, ਆਲੇ ਦੁਆਲੇ ਮੈਪ 'ਤੇ ਤੁਹਾਨੂੰ ਸਾਰੀਆਂ ਦੁਕਾਨਾਂ ਸ਼ਹਿਰਾਂ ਪਿੰਡਾਂ ਦੇ ਵਿੱਚ ਸ਼ੋਅ ਕਰ ਦੂ ਵੀ ਕਿੱਥੋਂ ਕਿੱਥੋਂ ਆਪਾਂ ਲੈ ਸਕਦੇ ਹਾਂ, ਅਤੇ ਕੰਪਨੀ ਦੀ ਟੀਮ ਦਾ ਸ਼ੋਅ ਕਰ ਦੂ, ਉਹਨਾਂ ਦੇ ਨੰਬਰ ਕਾਲਿੰਗ ਵਗੈਰਾ, ਵੀ ਮਤਲਬ ਇਹ ਬੀਜਣ ਤੋਂ ਲੈ ਕੇ, ਬੀਜਣ ਤੋਂ ਵੀ ਪਹਿਲਾਂ ਹੀ ਸ਼ੁਰੂ ਹੋ ਜਾਂਦਾ, ਬੀਜ ਖਰੀਦਣ ਤੋਂ ਲੈ ਕੇ ਵੱਢਣ ਤੱਕ ਜਦੋਂ ਤੱਕ ਫਸਲ ਆਪਣੀ ਟਰਾਲੀ 'ਚ ਨਹੀਂ ਪਾਉਂਦੀ, ਉਹ ਐਪ ਆਪਣੀ ਹੈਲਪ ਕਰਦੀ ਰਹੂ। ਅਤੇ ਇਸ ਤੋਂ ਬਾਅਦ ਜਿਨ੍ਹਾਂ ਦੇ ਖੇਤ ਦੇ ਵਿੱਚ ਆਪਾਂ ਖੜ੍ਹੇ ਹਾਂ, ਇਹ ਝੋਨੇ ਬਾਰੇ ਦੱਸ ਰਹੇ ਹਾਂ, ਉਹ ਫਾਰਮਰ ਨਾਲ ਵੀ ਤੁਹਾਨੂੰ ਮਿਲਾਉਣੇ ਆ ਵੀ ਉਹਨਾਂ ਦਾ ਕੀ ਤਜਰਬਾ ਰਿਹਾ। ਸਾਡੇ ਨਾਲ ਨੇ ਸੁਰਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਨੂੰ ਕਿੱਥੋਂ ਪਤਾ ਲੱਗਿਆ ਜੀ ਇਹ ਬੀਜ ਬਾਰੇ, ਸ਼ੁਰੂਆਤ ਕਿਵੇਂ ਕੀਤੀ? ਸ਼ੁਰੂਆਤ ਜੀ ਪਿਛਲੇ ਸਾਲ ਤੋਂ ਸਵਾਨਾ ਕੰਪਨੀ ਦੇ ਬੰਦੇ ਸਾਡੇ ਕੋਲ ਆਉਂਦੇ ਤੇ, ਪਿਛਲੇ ਸਾਲ ਉਹਨਾਂ ਨੇ ਸਾਨੂੰ 1 ਕਿੱਲੇ ਦਾ ਡੈਮੋ ਦਿੱਤਾ ਤਾ। ਠੀਕ ਹੈ। ਉਹ ਮਤਲਬ ਬਹੁਤ ਵਧੀਆ ਰਿਹਾ, ਗਰੋਥ ਵੀ ਅੱਛਾ ਤਾ, ਜਰਮੀਨੇਸ਼ਨ ਵੀ ਬਹੁਤ ਠੀਕ ਤਾ, ਔਰ ਜੋ ਉਹਨਾਂ ਨੇ ਸਾਥ ਮੇ ਸਪਰੇਅ ਦੀ ਉਸਨੇ ਵੀ 90% ਕੰਮ ਕਰਿਆ, ਬਿਲਕੁਲ ਕੱਖ ਸਾਫ਼ ਹੋ ਗਿਆ। ਠੀਕ ਹੈ। ਜਾਣੀ ਰਿਜ਼ਲਟ ਬਹੁਤ ਵਧੀਆ ਰਿਹਾ। ਇਸ ਸਾਲ ਫਿਰ ਅਸੀਂ ਉਹਨਾਂ ਨਾਲ ਸੰਪਰਕ ਕਰਿਆ, ਸਵਾਨਾ ਕੰਪਨੀ ਵਾਲਿਆਂ ਨਾਲ, ਉਹਨਾਂ ਨੇ ਸਾਨੂੰ ਐਪ ਡਾਊਨਲੋਡ ਕਰਵਾਇਆ, ਉਹ 'ਤੇ ਪਤਾ ਕਰਿਆ ਵੀ ਅਸੀਂ ਇਹ ਬੀਜ ਕਿਸ ਤਰ੍ਹਾਂ ਕਿ ਮਿਲੂਗਾ। ਠੀਕ ਹੈ। ਹਾਂਜੀ, ਉਹਦਾ ਪਤਾ ਕਰਕੇ ਫਿਰ ਅਸੀਂ ਸਮਰਾਲੇ ਮਤਲਬ ਬੀਜ ਲੈ ਕੇ ਆਏ, ਸਾਥ ਮੇ 2 ਸਪਰੇਹਾਂ ਵੀ ਮਿਲੀਆਂ। ਅਸੀਂ ਉਹ 31 ਮਈ ਨੂੰ ਬਿਜਾਈ ਕੀਤੀ। ਸਿੱਧੀ ਕਿਸ ਤਰ੍ਹਾਂ ਤਿਆਰੀ ਕੀਤੀ ਸੀ ਪਹਿਲਾਂ? ਤਿਆਰੀ ਜੀ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਇਹ ਕਣਕ ਦੇ ਵੱਢ ਤੇ ਬਾਅਦ ਤੇ ਵਾਹ ਕੇ ਉਹ ਤੇ ਬਾਅਦ ਅਸੀਂ ਰੌਣੀ ਕਰਤੀ। ਰੌਣੀ ਕਰਨ ਤੇ ਬਾਅਦ ਸੁਆਗਾ ਸੁਗਾ ਦੇ ਕੇ ਫਿਰ ਅਸੀਂ ਆਪਣਾ
ਕੰਪਿਊਟਰ ਕਰਾ ਕਰਵਾਤੇ, ਠੀਕ ਹੈ, ਲੇਜ਼ਰ ਲੈਵਲਿੰਗ, ਹਾਂਜੀ ਲੇਜ਼ਰ ਲੈਵ ਕਰਵਾਤੇ, ਜਦੋਂ ਵੱਤ ਆ ਗਈ ਅਸੀਂ ਬਿਜਾਈ ਕਰਤੀ। ਅਤੇ ਕੀ ਪਾਇਆ ਫਿਰ? ਪਾਇਆ ਇਹਦੇ 'ਚ ਉਸ ਟਾਈਮ ਤਾਂ ਜੀ ਅਸੀਂ 7 ਕਿਲੋ ਜੋ ਇਹ ਫੁੱਲ ਪੇਜ ਬੀਜ ਤਾਂ 134 ਦਾ ਉਹ ਪਾਇਆ, ਅਤੇ 1 ਥੈਲਾ ਅਸੀਂ ਕੱਟਾ ਡਾਈ ਦਾ ਪਾਇਆ 1 ਕਿਲੇ 'ਚ। ਹਾਂਜੀ। ਅਤੇ ਜਿਹੜਾ ਹਰਬੀਸਾਈਡ ਆਉਂਦਾ ਜੀ, ਵਜ਼ੀਰ ਕੱਖਾਂ ਵਾਲੀ ਸਪਰੇ ਕਹਿ ਦਿੰਦੇ ਆਪਾਂ, ਹਾਂਜੀ, ਉਹ ਕਿੰਨੇ ਦਿਨਾਂ ਤੋਂ ਕੀਤੀ ਸੀ ਆਪਾਂ? ਉਹ ਜੀ ਜਦੋਂ ਕੱਖ 2-2, 3-3 ਪੱਤੀ ਦਾ ਹੋ ਜਾਵੇ ਉਸ ਟਾਈਮ ਲਗਭਗ 15-16 ਦਿਨ ਦੀ ਦੀਰੀ ਹੁੰਦੀ ਹੈ, ਉਸ ਟਾਈਮ 2-2, 3-3 ਹੋ ਜਾਂਦਾ, ਉਸ ਟਾਈਮ ਅਸੀਂ ਸਪਰੇ ਕਰਵਾਤੀ ਵਜ਼ੀਰ ਦੀ, ਠੀਕ ਹੈ, ਕਿੰਨੀ ਉਹਦੇ ਨਾਲ ਬਿਲਕੁਲ ਸਾਫ਼ ਹੋ ਗਿਆ ਕੱਖ। ਉਹ ਤੋਂ ਬਾਅਦ ਫਿਰ ਡੋਜ਼ ਕਿੰਨੀ ਪਾਈ ਸੀ? ਡੋਜ਼ 400 ML ਜੀ ਵਜ਼ੀਰ। ਉਹ ਤੋਂ ਬਾਅਦ ਫਿਰ 10-15 ਦਿਨ ਬਾਅਦ ਫਿਰ ਜੋ ਵੀ ਮਾੜਾ ਮੋਟਾ ਜੰਮਿਆ ਕੱਖ ਦੁਬਾਰਾ ਅਸੀਂ ਸਪਰੇ ਕਰਵਾਤੀ। ਪਿਛਲਾ ਝੋਨਾ ਵੀ ਹੋ ਗਿਆ ਸੀ ਕੋਈ ਨਾਲ ਇਹਦੇ? ਕੋਈ ਪਿਛਲਾ ਝੋਨਾ ਉੱਗਿਆ ਹੋਵੇ? ਉਹ ਸਭ ਖਤਮ ਹੋ ਗਿਆ ਜੀ, ਕੁਛ ਨਹੀਂ ਹੈ, ਬਾਕੀ ਸਿਰਫ ਇਹ ਜੋ 134 ਸਵਾ ਵਾਲਿਆਂ ਦਾ ਬੀਜ ਤਾਂ ਇਹ ਰਹਿ ਗਿਆ, ਬਾਕੀ ਕੱਖ ਬੀਜ ਜੋ ਵੀ ਪਹਿਲੇ ਥੇ ਸਭ ਖਤਮ ਹੋ ਗਏ ਜੀ। ਅਤੇ ਬਾਕੀ ਇਹਨੂੰ ਆਪਾਂ ਹੁਣ ਤੱਕ ਕਿੰਨਾ ਯੂਰੀਆ ਖਾਦ ਦੇ ਚੁੱਕੇ ਹਾਂ? ਯੂਰੀਆ ਇਹਦੇ 'ਚੋਂ ਜੀ ਅਸੀਂ 15-20 ਦਿਨਾਂ ਬਾਅਦ ਅਸੀਂ 20-25 ਕਿਲੋ ਯੂਰੀਆ ਪਾਇਆ ਤਾ, ਅਤੇ 10 ਕਿਲੋ ਪਾਈ ਤੀ ਜਿੰਕ ਲਾ ਕੇ। ਉਹ ਤੋਂ ਬਾਅਦ ਫਿਰ ਹਫ਼ਤੇ ਕੁ ਬਾਅਦ ਫਿਰ ਅਸੀਂ 1 ਕੱਟਾ ਯੂਰੀਏ ਦਾ ਅਤੇ 20 ਕਿਲੋ ਪੋਟਾਸ ਪਾਈ ਹੈ, ਠੀਕ ਹੈ ਜੀ। ਹਾਂਜੀ। ਅਤੇ ਤੀਜਾ ਰੇ ਅਸੀਂ 30 ਦਿਨ ਤੋਂ ਤਕਰੀਬਨ ਲਾਸਟ ਪਾ ਤਾ, 3 ਕੱਟੇ ਅਸੀਂ ਪੂਰੇ ਕਰਤੇ ਕਿਲੋ। 3 ਕੱਟੇ ਪੂਰੇ ਹੋ ਗਏ, ਇਸ ਤੋਂ ਬਾਅਦ ਨਹੀਂ ਪਾਉਣਾ? ਹਾਂ ਨਹੀਂ, ਬਸ ਜੀ। ਅਤੇ ਹੁਣ ਦੇਖ ਲਓ ਤੁਸੀਂ ਇਹਦਾ ਗਰੋਥ ਦੇਖ ਲਓ, ਅਤੇ ਵਧੀ ਵੀ ਦੇਖ ਲਓ ਕਹੀ ਜੀ ਜੀ। ਅਤੇ 3 ਕੱਟੇ ਯੂਰੀਏ ਦੇ ਪਾਉਣ ਤੋਂ ਬਾਅਦ ਅੱਜ ਕੱਦ ਦੇਖ ਸਕਦੇ ਹਾਂ, ਝੋਨੇ ਦਾ ਕੱਦ ਬਹੁਤ ਵਧੀਆ, ਅਤੇ ਬੂਟਾ ਜਿਵੇਂ ਦੱਸਿਆ ਸੀ ਵੀ ਸਮਾਰਟ ਰਾਈਸ ਤਕਨੀਕ ਆ, ਬੂਟਾ ਬਿਲਕੁਲ ਸਿੱਧਾ ਝੋਨੇ ਦਾ, ਅਤੇ ਗਰੀਨਰੀ ਵੀ ਪ੍ਰੋਪਰ ਹੈ, ਅਤੇ ਪੂਰਾ ਵਧੀਆ ਝੋਨਾ ਖੜਾ ਵੀ, ਇਹਦੇ ਵਿੱਚ ਕਿਸੇ ਪਾਸਿਓ ਆਪਾਂ ਨੂੰ ਕੋਈ ਘਾਟ ਦੇਖਣ ਨੂੰ ਲੱਗ ਨਹੀਂ ਰਿਹਾ। ਅਤੇ ਕਿੰਨੇ ਵਾਹਣ ਲਾਏ ਆਪਾਂ, ਕਿੰਨੇ ਕਿਲੇ ਲਾਇਆ? ਆ ਵੀ ਪਿਛਲੇ ਦਾ ਸਾਨੂੰ 1 ਕਿਲੇ ਦਾ ਡੈਮੋ ਦਿੱਤਾ ਤਾ, ਉਹ ਬਹੁਤ ਵਧੀਆ ਰਿਹਾ। ਇਸ ਸਾਲ ਮੈਂ 4.25 ਕਿਲੇ ਬਿਜਾਈ ਕੀਤੀ ਹੈ ਉਹਨੂੰ ਦੇਖਦੇ ਹੋਏ। ਹਾਂਜੀ। ਅਤੇ ਮਨ ਨੂੰ ਕਿੰਨੀ ਕੁ ਤਸੱਲੀ ਹੈ? ਮਨ ਨੂੰ ਤਾਂ ਜੀ ਪੂਰੀ ਤਸੱਲੀ ਹੈ, ਮੈਂ ਤਾਂ ਇਹੀ ਕਹਿੰਦਾ ਸਭ ਨੂੰ ਵੀ ਸਿੱਧੀ ਬਿਜਾਈ ਕਰੋ, ਇਹਦੇ 'ਚ ਕਿ ਤਾਂ ਲੇਬਰ ਦਾ ਬਹੁਤ ਫਾਇਦਾ, ਸਾਡਾ ਖਰਚਾ ਘੱਟ ਆਉਂਦਾ, ਸਭ ਤੋਂ ਬੜੀ ਹੈ ਪਾਣੀ ਦੀ ਬੱਚਤ ਹੈ, ਠੀਕ ਹੈ, ਜੋ ਕਿ ਸਾਨੂੰ ਬਹੁਤ ਜ਼ਰੂਰੀ ਹੈ। ਮੈਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਸਿੱਧੀ ਬਿਜਾਈ ਕਰੋ, ਪਾਣੀ ਦੀ ਬੱਚਤ ਕਰੋ, ਪਾਣੀ ਦੀ ਬੱਚਤ ਹੈ, ਬਾਕੀ ਮਸ਼ੀਨਰੀ ਦੀ ਬੱਚਤ ਹੈ। ਹਾਂਜੀ, ਮਸ਼ੀਨਰੀ ਦੀ ਬੱਚਤ ਹੈ, ਲੇਬਰ ਦੀ ਵੀ ਬੱਚਤ ਹੈ, ਹਰ ਚੀਜ਼ ਦੀ ਬੱਚਤ ਹੀ। ਕੋਈ ਟੈਨਸ਼ਨ ਨਹੀਂ, ਪ੍ਰੈਸ਼ਰ ਨਹੀਂ ਵੀ ਮਿਲੂ ਨਾ ਮਿਲੂ ਲੇਬਰ? ਹਾਂਜੀ, ਕੋਈ ਜਾਂ ਪਨੀਰੀ ਪੱਕਦੀ ਹੈ, ਮਸ਼ੀਨ ਲਓ ਆਪਣੇ 1 ਦਿਨ 'ਚ ਬਿਜਾਈ ਕਰ ਦਿਓ। ਬਿਲਕੁਲ ਜੀ ਬਿਲਕੁਲ। ਅਤੇ ਸੈਟਿਸਫੈਕਸ਼ਨ ਆ ਪੂਰੀ? ਹਾਂਜੀ, ਪੂਰੀ ਸੈਟਿਸਫੈਕਸ਼ਨ ਜੀ। ਅਤੇ ਅਗਲੇ ਸਾਲ ਹੋਰ ਵੀ ਵਧਾਵਾਂਗੇ ਆਪਾਂ? ਹਾਂਜੀ, ਮੈਂ ਅਗਲੇ ਸਾਲ ਜੋ ਹੋਰ ਛੱਡੀ ਹੈ ਦੂਜੀ ਤਰ੍ਹਾਂ ਕੱਦੂ ਕਰਕੇ, ਹਾਂਜੀ, ਉਹ ਸਾਰੀ ਇਹੀ ਬੀਜੂਗਾ ਜੀ। ਵੀ 100% ਆਪਾਂ ਸਿੱਧੀ ਬਿਜਾਈ ਤੇ ਆ ਜਾਏ, ਸਿੱਧੀ ਬਿਜਾਈ। ਮੈਂ ਤਾਂ ਦੂਸਰਿਆਂ ਨੂੰ ਵੀ ਕਹੂੰਗਾ, ਆਪਣੇ ਨਾਲ ਵਾਲਿਆਂ ਨੂੰ, ਉਹ ਬੀਜਣਗੇ ਵੀ, ਇਹ ਜੋ ਦੇਖ ਰਹੇ ਆ ਨਾ ਵੀ ਜੀਰੀ ਬਹੁਤ ਵਧੀਆ, ਗਰੋਥ ਦੇਖੋ, ਹਾਈਟ ਦੇਖੋ, ਜਿਹੜੇ ਇਸ ਟਾਈਮ ਐਂ ਲੱਗਦੀ ਹੈ ਵੀ ਬਹੁਤ ਵਧੀਆ ਜੀਰੀ ਹੈ ਜੀ, ਫਿਰ ਉਹ ਅਗਲਾ ਆਪਣੇ ਆਪ ਮਨ ਕਰਦਾ ਵੀ ਹਾਂ ਅਸੀਂ ਤਾਂ ਇਸ ਤਰ੍ਹਾਂ ਬੀਜੀਏ। ਬਾਕੀ ਵੀਰੋ, ਦੇਖਣ ਦੇ ਵਿੱਚ ਝੋਨੇ ਦੇ ਵਿੱਚ ਕੋਈ ਕਮੀ ਨਹੀਂ ਲੱਗਦੀ, ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ, ਜਿਹੜੇ ਹਿਸਾਬ ਨਾਲ ਇਹਨੂੰ ਕੋਈ ਰੇਹ ਦੀ ਓਵਰਡੋਜ਼ ਨਹੀਂ ਪਾਈ ਜਾਂ ਹੋਰ ਕੁਛ ਵੀ, ਗਰੀਨਰੀ ਵੀ ਫੁੱਲ ਹੈ, ਹਾਈਟ ਵੀ ਠੀਕ ਹੈ, ਪ੍ਰੋਪਰ ਬੂਟੇ ਨੇ, ਕੋਈ ਇਹਨੂੰ ਬਿਮਾਰੀ ਨਹੀਂ ਆਈ ਹੁਣ ਤੱਕ, ਅਤੇ ਝਾੜ ਵਗੈਰਾ ਵੀ ਮੈਨੂੰ ਲੱਗਦਾ ਇਹਦਾ ਬਹੁਤ ਸੋਹਣਾ ਆਊਗਾ। ਅਤੇ ਬਾਕੀ ਆਪਾਂ ਵੀਡੀਓ ਪਾ ਦਾਂਗੇ ਜਦੋਂ ਇਹ ਨਿਸਰ ਗਿਆ, ਉਸ ਸਮੇਂ ਦੀ ਵੀ ਤੁਹਾਨੂੰ ਕੰਡੀਸ਼ਨ ਦਿਖਾਵਾਂਗੇ ਇੱਥੇ ਸਪੈਸ਼ਲ ਆ ਕੇ ਵੀ ਕੀ ਕੰਡੀਸ਼ਨ ਰਹਿੰਦੀ ਹੈ ਇਹਦੀ। ਪਰਮਲ ਵਰਾਇਟੀ ਆ ਇਹ, ਸਾਵਾ ਦੀ ਫੁੱਲ ਪੇਜ 134। ਸੋ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।